ਬਲਵੰਤ ਗਾਰਗੀ ਦਲ ਲਿਖਿਆ ਰੇਖਾ ਚਿੱਤਰ ਸੰਤ ਸਿੰਘ ਸੇਖੋਂ ਬਾਰੇ ਕਾਲਜ ਦਾ ਵਾਈਸ ਚਾਂਸਲਰ ਦੂਸਰਾ ਭਾਗ ਸੇਖੋਂ ਨਾਸਤਕ ਹੈ ਇਸ ਗੱਲ ਬਾਰੇ ਲੋਕ ਜਾਣਦੇ ਹਨ ਪਰ ਇੱਕ ਅਜਿਹੀ ਘਟਨਾ ਵਾਪਰੀ ਜਿਨੇ ਉਹਨੂੰ ਖੁਦ ਹੈਰਾਨ ਕਰ ਦਿੱਤਾ ਉਹ ਇੱਕ ਦੋਸਤ ਨੂੰ ਮਿਲਣ ਗਿਆ ਮੇਰਠ ਦਾ ਇੱਕ ਖੱਤਰੀ ਵੱਡਾ ਕਾਰਖਾਨੇਦਾਰ ਡਿਨਰ ਪਾਰਟੀ 'ਚ ਦੋਹਾਂ ਨੇ ਸ਼ਰਾਬ ਪੀਤੀ ਕਾਰਖਾਨੇਦਾਰ ਦੋਸਤ ਬੋਲਿਆ ਦਸ਼ਮੇਸ਼ ਪਾਸ਼ਾ ਗੁਰੂ ਗੋਬਿੰਦ ਸਿੰਘ ਦੇ ਪ੍ਰਤਾਪ ਨਾਲ ਇਸ ਸਾਲ ਮੈਨੂੰ ਬਹੁਤ ਫਾਇਦਾ ਹੋਇਆ ਸੇਖੋਂ ਹੀ ਆਖਿਆ ਰਮੇਸ਼ ਦੁਨੀਆ 'ਚ ਦੋ ਖੱਤਰੀ ਹੋਏ ਨੇ ਇੱਕ ਗੁਰੂ ਗੋਬਿੰਦ ਸਿੰਘ ਤੇ ਦੂਜਾ ਤੂੰ ਦੂਜੀ ਸਵੇਰ ਸੇਖੋਂ ਉੱਠਿਆ ਤਾਂ ਬਹੁਤ ਉਦਾਸ ਸੀ ਰਾਤ ਵਾਲੀ ਗੱਲ ਉਹਦੇ ਦਿਲ ਨੂੰ ਸੱਲ ਰਹੀ ਸੀ ਕਿ ਉਹਨੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਇੱਕ ਆਮ ਇਨਸਾਨ ਨਾਲ ਕਿਉਂ ਕੀਤਾ ਇਹਦਾ ਉਸ ਉੱਤੇ ਇੰਨਾ ਅਸਰ ਹੋਇਆ ਕਿ ਉਹਨੇ 5 ਸਾਲ ਸ਼ਰਾਬ ਨੂੰ ਹੱਥ ਨਾ ਲਾਇਆ ਮੈਂ ਪੁੱਛਿਆ ਸੇਖੋ ਤੈਨੂੰ ਖਾਲਸਾ ਕਾਲਜ ਵਾਲਿਆਂ ਨੇ ਕਿਵੇਂ ਰੱਖ ਲਿਆ ਉਹਨੇ ਉੱਤਰ ਦਿੱਤਾ ਖਾਲਸੀ ਆਪਸ 'ਚ ਲੜਦੇ ਰਹਿੰਦੇ ਆ ਉਹਨਾਂ ਦੀਆਂ ਕਮੇਟੀਆਂ ਦੇ ਮੈਂਬਰ ਵੀ ਜਦੋਂ ਇੱਕ ਖਾਲਸਾ ਕਾਲਜ ਮੈਨੂੰ ਜਵਾਬ ਦੇ ਦਿੰਦਾ ਕੋਈ ਦੂਜਾ ਕਾਲਜ ਰੱਖ ਲੈਂਦਾ ਮੈਂ ਨਾ ਕਾਲਜਾਂ ਦਾ ਕਾਮ ਜਾਂ ਵਾਈਸ ਚਾਂਸਲਰ ਰਿਆਂ ਮੇਰਾ ਗੁਰਪੁਰਬ ਮਨਾਉਣ ਦਾ ਤਰੀਕਾ ਵੱਖਰਾ ਸੀ ਢੋਲਕੀਆਂ ਛੈਣੇ ਖੜਕਾਉਣ ਦੀ ਥਾਂ ਮੈਂ ਕਿਸੇ ਵਿਦਵਾਨ ਨੂੰ ਸੱਦ ਕੇ ਗੁਰੂ ਸਾਹਿਬ ਦੀ ਕਥਨੀ ਤੇ ਕਰਨੀ ਉੱਤੇ ਭਾਸ਼ਣ ਕਰਵਾਉਂਦਾ ਮੈਂ ਆਪਣੇ ਸ਼ਾਗਿਰਦਾਂ ਨੂੰ ਗਿਆਨ ਦੇਣਾ ਚਾਹਨਾ ਮਜ਼ਬ ਨਹੀਂ ਮੈਂ ਪੁੱਛਿਆ ਤੂੰ ਆਪਣੇ ਲੇਖਾਂ 'ਚ ਹਿੰਦੀ ਤੇ ਸੰਸਕ੍ਰਿਤ ਦੇ ਭਾਰੇ ਸ਼ਬਦ ਕਿਉਂ ਵਰਤਦਾ ਸੇਖੋਂ ਨੇ ਕੋਰੀ ਬੱਟੀ ਤੇ ਬੋਲਿਆ ਕਈ ਅੱਦਪੜ ਕਮਿਨਿਸਟ ਸਾਇਦਕਰ ਹਿੰਦੀ ਦੇ ਵਿਰੁੱਧ ਰੌਲਾ ਪਾਈ ਜਾਂਦੇ ਨੇ ਕਲਮ ਦੀ ਥਾਂ ਮੋਢੇ ਤੇ ਡੰਗ ਚੁੱਕੇ ਫਿਰਦੇ ਨੇ ਜੱਟ ਹੋਣ ਦਾ ਦਾਵਾ ਕਰਦੇ ਨੇ ਪਰ ਮੈਂ ਤੈਨੂੰ ਦੱਸਦੇ ਹਾਂ ਬਲਵੰਤ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਲੋਕਾਂ ਨਾਲ ਅਨਪੜਾਂ ਦੀ ਬੋਲੀ 'ਚ ਗੱਲ ਨਹੀਂ ਕਰਨੀ ਸੁੱੱਚੀ ਬੋਲੀ 'ਚ ਗੱਲ ਕਰਨੀ ਹੈ ਮਾਂ ਵੀ ਆਪਣੇ ਪੁੱਤਰ ਨੂੰ ਤੋਤਲੀ ਬੋਲੀ ਪਿੱਛੋਂ ਅਸਲੀ ਬੋਲੀ ਸਿਖਾਉਂਦੀ ਹੈ ਸਾਹਿਤਕਾਰਾਂ ਦਾ ਫਰਜ਼ ਹੈ ਕਿ ਤੋਤਲੇ ਲੋਕਾਂ ਨੂੰ ਚੰਗੀ ਬੋਲੀ ਸਿਖਾਉਣ ਬਟੋਲਟ ਬਲੇਸ ਨੇ ਆਖਿਆ ਹੈ ਕਿ ਮੇਰੇ ਪਿੰਡੋਂ ਪਾਤਰ ਬਾਦਸ਼ਾਹੀ ਬੋਲੀ ਬੋਲਦੇ ਹੈ ਸਾਹਿਤ ਤੇ ਭਾਸ਼ਾ ਬਾਰੇ ਸੇਖੋਂ ਬਹੁਤ ਜੋਸ਼ ਨਾਲ ਬੋਲ ਰਿਹਾ ਸੀ ਮੈਨੂੰ ਗੁੱਸਾ ਆਉਂਦਾ ਹੈ ਜਦੋਂ ਕੋਈ ਕਮਲਾ ਆਦਮੀ ਜਨਤਾ ਦਾ ਆਗੂ ਬਣ ਜਾਏ ਸਾਡੇ ਸਾਹਿਤ ਵਿੱਚ ਇਹੋ ਕੁਝ ਹੋ ਰਿਹਾ ਹੈ ਅਧ ਪੜ ਆਦਮੀ ਪੰਜਾਬੀ ਨੂੰ ਹਲ ਪੰਜਾਲੀ ਤੇ ਗੱਡੇ ਦੇ ਸੱਭਿਆਚਾਰ ਤੋਂ ਉੱਪਰ ਨਹੀਂ ਉਠਣ ਦਿੰਦੇ ਚੰਗਾ ਸਾਹਿਤਕਾਰ ਬੋਲੀ ਦੀ ਸ਼ਕਤੀ ਨੂੰ ਵਧਾਉਂਦਾ ਹੈ ਗੁਰੂ ਨਾਨਕ ਨੇ ਸੈਂਕੜੇ ਸ਼ਬਦ ਪੰਜਾਬੀਆਂ ਨੂੰ ਸਿਖਾਏ ਬੋਲੀ ਨੂੰ ਸ਼ਕਤੀ ਪ੍ਰਦਾਨ ਕੀਤੀ ਉਹ ਖਾਂਦੇ ਭਾਵੇਂ ਕੋਧਰੇ ਦੀ ਰੋਟੀ ਸਨ ਪਰ ਬੋਲਦੇ ਸਨ ਬ੍ਰਹਮ ਗਿਆਨੀਆਂ ਵਾਲੇ ਬਾਕ ਸਾਡੇ ਸਾਹਿਤਕ ਚੌਧਰੀ ਖਾਂਦੇ ਨੇ ਪਰੌਂਠੇ ਲਿਖਦੇ ਨੇ ਬਾਜਰੀ ਦੀ ਬੋਲੀ ਬੋਲਦਿਆਂ ਹੋਿਆਂ ਸੇਖੋਂ ਦਾ ਚਿਹਰਾ ਭਖ ਰਿਹਾ ਸੀ ਮੱਥੇ ਉੱਤੇ ਪਸੀਨੇ ਦੀਆਂ ਕਣੀਆਂ ਤੇ ਅੱਖਾਂ 'ਚ ਚਮਕ ਉਹ ਆਖ ਰਿਹਾ ਸੀ ਇਹ ਲੋਕ ਅੰਗਰੇਜ਼ੀ 'ਚ ਪੰਜਾਬੀ ਪੜ੍ਹਨਾ ਚਾਹੁੰਦੇ ਨੇ ਮੇਰੇ ਆਲੋਚਕ ਪੰਜਾਬੀ ਸਿੱਖਣਾ ਨਹੀਂ ਚਾਹੁੰਦੇ ਉਹ ਸਮਝਦੇ ਆ ਕਿ ਪੰਜਾਬੀ 'ਚ ਜੰਮਣਾ ਹੀ ਕਾਫੀ ਹੈ ਸਿੱਖਣ ਦੀ ਲੋੜ ਨਹੀਂ ਅੰਗਰੇਜ਼ੀ ਨਾਲ ਉਹ 16 ਸਾਲ ਮੱਥਾ ਮਾਰਦੇ ਹਨ ਫਿਰ ਵੀ ਉਹਨਾਂ ਨੂੰ ਬੋਲਣੀ ਨਹੀਂ ਆਉਂਦੀ ਤਰਖਾਣਾ ਕੰਮ ਵੀ 2-4 ਸਾਲ ਮੰਗਦਾ ਪਰੇ ਲੋਕ ਆਪਣੇ ਜਮਾਂਦਰੂ ਬੋਲੀ ਨਾਲ ਹੀ ਸਾਰੀ ਉਮਰ guzara ਕਰਨਾ ਚਾਹੁੰਦੇ ਹੈ। ਉਹਨਾਂ ਲਈ ਹੁਣ ਤੱਕ ਕਵਿਤਾ ਦਾ ਸਿਖਰ ਵਾਰਿਸ ਸ਼ਾਹ ਦੀ ਚੜੀ ਚੂਕ ਦੀ ਨਾਲ ਉਠ ਤੁਰੇ ਪੰਦੀ ਪਈਆਂ ਦੁੱਧਾਂ ਦੇ ਵਿੱਚ ਮਧਾਨੀਆਂ ਨੇ ਹੀ ਹੈ। ਹਾਲਾਂਕਿ ਇਸ ਸਮੇਂ ਦਾ ਜੱਟ ਪੁਰਾਣਾ ਪੰਦੀ ਨਹੀਂ ਰਿਹਾ। ਉਹਨੇ ਜੇ 2 ਮੀਲ ਜਾਣਾ ਹੋਵੇ ਤਾਂ ਬਸ ਤੇ ਚੜ੍ਹੇਗਾ। ਮੇਰਾ ਵਾਹਨ ਪੜਾ ਨਾਲ ਪਿਆ। ਸੇਖੋਂ ਥੱਕਿਆ ਥੱਕਿਆ ਜਾਪਦਾ ਸੀ। ਉਹਨੂੰ ਆਪਣਾ ਯਤਨ ਤੇ ਆਪਣੀ ਸਾਹਿਤਿਕ ਲੜਾਈ ਵਿਅਰਥ ਲੱਗ ਰਹੀ ਸੀ ਸੰਤ ਸਿੰਘ ਸੇਖੋ ਨਾਲ ਕਈ ਨਿਰੋਲ ਸਾਹਿਤਿਕ ਬੈਠਕਾਂ ਵੀ ਹੋਈਆਂ ਇਹਨਾਂ ਵਿੱਚੋਂ ਕਈ ਅਜਈਆਂ ਸੰਜਨਾਂ 'ਚ ਮੈਂ ਉਹਦੀ ਕਲਾ ਬਾਰੇ ਗੱਲਾਂ ਕੀਤੀਆਂ ਮੈਂ ਕਿਹਾ ਵੀ ਲੋਕ ਨੰਗੇਜ਼ ਨੰਗੇਜ਼ ਦਾ ਰੌਲਾ ਪਾਉਂਦੇ ਨੇ ਤੇਰਾ ਇਸ ਬਾਰੇ ਕੀ ਵਿਚਾਰ ਹੈ ਕਹਿਣ ਲੱਗਾ ਮੈਂ ਨੰਗੇਜ਼ ਦਾ ਹਮਈਆ ਲੋਕਾਂ ਨੂੰ ਇਹ ਨਹੀਂ ਪਤਾ ਕਿ ਮੁਹੱਬਤ ਕਵਿਤਾ ਚਿੱਤਰਕਾਰੀ 'ਚ ਨੰਗੇ ਜ਼ਰੂਰੀ ਹੈ ਕੱਲੋਂ ਤੁਸੀਂ ਕਹੋਗੇ ਕਿ ਆਪਣੀਆਂ ਬੋਟੀਆਂ ਨਾਲ ਪਿਆਰ ਕਰੋ ਬੱਚੇ ਪੈਦਾ ਕਰੋ ਪਰ ਨੰਗੇ ਨਾ ਹੋ ਇਹ ਬਹੁਤ ਵੱਡਾ ਝੂਠ ਹੈ ਪਹਿਲਵਾਨਾਂ ਨੂੰ ਦੇਖੋ ਨੰਗੇ ਕੁਸ਼ਤੀ ਲੜਦੇ ਕਿੰਨੇ ਸੋਹਣੇ ਲੱਗਦੇ ਜੇ ਕੋਈ ਆਖੇ ਕਿ ਕੋਟ ਪਤਲੂਨ ਪਾ ਕੇ ਕੁਸ਼ਤੀ ਲੜੋ ਇਥੇ ਕੋਟ ਪਤਲੂਨ ਪਾਉਣਾ ਅਸ਼ਲੀਲ ਹੋਏਗਾ ਸੋਹਣਾ ਸਰੀਰ ਦਾ ਪ੍ਰੇਮ ਦਾ ਨੰਗੇਜ਼ ਖੂਬਸੂਰਤ ਹੈ ਹਾਂ ਕੋੜੇ ਨੂੰ ਨੰਗਾ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਮੈਂ ਆਪਣੀਆਂ ਕਹਾਣੀਆਂ 'ਚ ਨੰਗੇਜ਼ ਵਰਤਿਆ ਲੋਕ ਬਹੁਤ ਇਤਰਾਜ਼ ਕਰਦੇ ਸਨ ਮੇਰਾ ਜਵਾਬ ਹੁੰਦਾ ਸੀ ਸਾਡੇ ਲੋਕਾਂ ਨੂੰ ਤਾਂ ਹੁਣ ਤੱਕ ਆਪਣੀਆਂ ਤੀਵੀਆਂ ਨੂੰ ਚੁੰਮਣਾ ਵੀ ਨਹੀਂ ਆਇਆ ਚੁੰਮੀ ਸ਼ਬਦ ਵਰਜਿਤ ਸੀ ਤੇ ਸਾਡੇ ਮੱਧ ਸ਼੍ਰੇਣੀ ਦੇ ਲੋਕ ਅੰਗਰੇਜ਼ੀ ਦਾ ਕਿਸ ਵਰਤ ਕੇ ਖੁਸ਼ ਹੁੰਦੇ ਆ ਇਹਨਾਂ ਨੂੰ ਪੰਜਾਬੀ ਭਾਸ਼ਾ ਹੀ ਅਸ਼ਲੀਲ ਲੱਗਦੀ ਹੈ ਮੈਂ ਕਿਹਾ ਸੇਖੋ ਤੇਰੇ ਸਾਰੇ ਨਾਟਕਾਂ 'ਚ ਕਿਹੜੀ ਚੀਜ਼ ਸਾਂਝੀ ਹੈ ਧਿਆਨ ਲੱਗਾ ਬਹੁਤ ਵੱਡਾ ਸਵਾਲ ਹੈ ਫਿਰ ਵੀ ਮੈਂ ਸਮਝਦਾ ਕਿ ਮੈਂ ਹਰ ਵਿਸ਼ੇ ਨੂੰ ਇਤਿਹਾਸਿਕ ਪਦਾਰਥਵਾਦੀ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਯਤਨ ਕੀਤਾ ਹੈ ਮੈਂ ਕਿਹਾ ਭਾਵੀ ਵਿੱਚੇ ਦ੍ਰਿਸ਼ਟੀਕੋਣ ਕੇ ਵਿੱਚ ਟੁੱਕਦਾ ਹੈ ਕਹਿਣ ਲੱਗਾ ਭਾਵੀ ਚ ਮਹਾਰਾਜਾ ਮਾਨ ਸਿੰਘ ਅਲੜ ਰਾਜਕੁਮਾਰੀ ਬ੍ਰਿਜੇਸ਼ਰੀ ਦੇ ਪ੍ਰੇਮ ਚ ਗ੍ਰਿਫਤਾਰ ਹੋ ਜਾਂਦਾ ਹੈ युवराज ਵਿਜੇ ਸਿੰਘ ਰਾਜਕੁਮਾਰੀ ਦੀ ਮਾਂ ਮਹਾਰਾਣੀ ਰਾਜੇਸ਼ਰੀ ਨੂੰ ਉਹਨੇਵਾ ਮੁਹੱਬਤ ਕਰਨ ਲੱਗਦਾ ਹੈ ਮੇਰੇ ਅਨੁਸਾਰ ਇਹ ਮੱਧਕਾਲ ਵੀ ਰਾਜਾ ਸ਼੍ਰੇਣੀ ਦੀ ਅਧੂ ਗਤੀ ਹੈ ਮੈਂ ਕਿਹਾ ਗਲਤ ਇਹ ਪੇਉ ਪੁੱਤ ਤੇ ਮਾਂ ਦੀ ਦੀਰਖਾ ਦੇ ਵੇਗ ਦੀ ਟੱਕਰ ਹੈ ਕਹਿਣ ਲੱਗਾ ਇਹ ਟੱਕਰ ਵੀ ਰਾਜਾ ਸ਼੍ਰੇਣੀ ਦੇ ਸੁਭਾਅ ਦਾ ਗੁਣ ਹੈ ਮੈਂ ਕਿਹ ਗਲਤ ਸਾਡੇ ਪਿੰਡ ਚ ਇੱਕ ਜੱਟ ਤੇ ਉਹਦਾ ਪੁੱਤ ਸਾਂਝੀ ធីਮੀ ਉੱਤੇ ਝਗੜ ਪਏ ធីਮੀ ਦੀ ਉਮਰ 40 ਸਾਲ ਦੀ ਸੀ ਪੁੱਤ ਨੇ ਆਪਣੇ ਪਿਓ ਨੂੰ ਵੱਢ ਦਿੱਤਾ ਇਹ ਖੂਨ ਦੀ ਗਰਮੀ ਜਵਾਨੀ ਦਾ ਤਾ ਤੇ ਇਸਤਰੀ ਦੀ ਵਿਨਾਸ਼ਕ ਸ਼ਕਤੀ ਦਾ ਚਮਤਕਾਰ ਹੈ ਤੁਪਾਵੀ ਚ ਇਸ ਚਿੱਤਰ ਨੂੰ ਮੱਧਕਾਲ ਦੇ ਰਾਜਿਆਂ ਦੀ ਪਿਸ਼ਟ ਭੂਮੀ ਤੇ ਉਲਿਖਿਆ ਇਹ ਮੱਧਕਾਲੀਨ ਰਾਜਿਆਂ ਦੀ ਅਦੋਗਤੀ ਦਾ ਚਿੱਤਰ ਨਹੀਂ ਬਣਦੀ ਸਗੋਂ ਰਾਜਿਆਂ ਦੇ ਜੰਗ ਜੂ ਸੁਭਾਅ ਦੇ ਕਟਾਰ ਨਾਲ ਨਜੱਠਣ ਦੀ ਸ਼ਕਤੀ ਦੱਚੇਨ ਬੜਦੀ ਹੈ ਸੇਖੋ ਮਾਂ ਦੀ ਈਰਖਾ ਭਾਵੀ ਚ ਪ੍ਰਭਲ ਹੈ ਇਹ ਮਾਰ ਕੱਤਣ ਵਾਲੀ ਈਰਖਾ ਹੀ ਭਾਵੀ ਹੈ ਮੇਰੇ ਨਾਟਕ ਚ ਈਰਖਾ ਰਾਜਾ ਸ਼੍ਰੇਣੀ ਦੇ ਪੱਦਰ ਉੱਤੇ ਕੰਮ ਕਰਦੀ ਹੈ ਤੇਰਾ ਲੋਹਾ ਕੁੱਟ ਚ ਇਹੋ ਈਰਖਾ ਸੰਤੀ ਤੇ ਬੈਨੋ ਦੇ ਰੂਪ ਚ ਸਧਾਰਨ ਕੀਰਤੀ ਟੱਬਰ ਚ ਉੱਭਰਦੀ ਹੈ ਆਪਾਂ ਇਸ ਗੱਲ ਨੂੰ ਇਸ ਨੁਕਤੇ ਉੱਤੇ ਛੱਡ ਸਕਦੇ ਹਾਂ ਦੋਵੇਂ ਹੀ ਗੱਲਾਂ ਸੱਚ ਆ ਮੈਂ ਕਿਹਾ ਤੇਰੀ ਕਲਾਕਾਰ ਨਾਟਕ ਦਾ ਝੌਕਟਾ ਢਿੱਲਾ ਤੇ ਗੱਲਬਾਤ ਛੰਬ ਵਾਂਗ ਹੈ ਗਤੀਹੀਣ ਇਸ ਕਰਕੇ ਨਾਟਕ ਭਾਵੀ ਨਾਲੋਂ ਚੰਗਾ ਨਹੀਂ ਕਹਿਣ ਲੱਗਾ ਇਹ ਤੇ ਦੋ ਕਾਰਨ ਹੈ ਇੱਕ ਇਹਦੀ ਸਮੱਸਿਆ ਹੈ ਭੂਪਵਾਦੀ ਸਮਾਜ ਵਿੱਚੋਂ ਪੂੰਜੀਵਾਦੀ ਸਮਾਜਤੀ ਕਿਸਤਰੀ ਦੀ ਸਥਿਤੀ ਦੀ ਵਿਆਖਿਆ ਤੇ ਦੂਜਾ ਭਵੇਖਵਾਦੀ ਸਮਾਜ ਵਿੱਚ ਕਲਾ ਤੇ ਕਲਾਕਾਰ ਦੀ ਸਥਿਤੀ ਸਾਡੇ ਦੇਸ਼ 'ਚ ਭੂਪਵਾਦ ਤੋਂ ਪੂੰਜੀਵਾਦ ਦੇ ਸਮੇਂ ਤੱਕ ਇਸਤਰੀ ਦੀ ਸਥਿਤੀ 'ਚ ਬਹੁਤ ਘੱਟ ਤਬਦੀਲੀ ਹੋਈ ਹੈ ਇਹ ਸਾਰੀ ਗਤੀ ਬਹੁਤ ਧੀਮੀ ਚਾਲੇ ਚੱਲ ਰਹੀ ਹੈ ਇਸੇ ਕਰਕੇ ਨਾਟਕ ਮੰਦ ਗਤੀ ਵਾਲਾ ਹੈ ਮੈਂ ਕਿਹਾ ਗਤੀ ਤਾਂ ਤੇਰਾ ਤੇਰੀ ਕੀ ਮੁਰਾਦ ਹੈ ਮੈਂ ਬਾਹਰਲੀ ਗਤੀ ਮਾਰ ਤਾੜ ਕਸਨ ਮੁੱਕਾ ਦੌੜ ਭੱਜ ਦੀ ਗੱਲ ਨਹੀਂ ਕਰਦਾ ਮੈਂ ਗੱਲ ਕਰਦਾ ਮਾਨਸਿਕ ਗਤੀ ਦੀ ਕਈ ਵਾਰ ਪਾਤਰ ਇੱਕੋ ਥਾਂ ਖੜੇ ਹੁੰਦੇ ਆ ਜਿਵੇਂ ਚੱਕ ਖੋ ਦੇ ਸਮੁੰਦਰੀ ਕੂੰਜ ਤੇ ਮਾਮਾ ਵਾਨੀਆਂ ਵਿੱਚ ਪਰ ਉਹਨਾਂ ਦੇ ਮਾਨਸਿਕ ਪਰਛਾਵੇਂ ਦੌੜਦੇ ਨਜ਼ਰ ਆਉਂਦੇ ਆ ਸੈਮੂਅਲ ਬੈਕਟ ਦੇ ਨਾਟਕ ਗੋਦੋ ਦੀ ਉਡੀਕ ਵਿੱਚ ਪਾਤਰ ਇੱਕੋ ਗੱਲ ਨੂੰ ਦੁਹਰਾਉਂਦੇ ਆ ਪਰੇ ਦੁਹਰਾਏ ਖਰਾਦ ਦੇ ਚੱਕਰ ਵਾਂਗ ਹੈ ਇੱਕੋ ਥਾਂ ਖੜੀ ਹੈ ਪਰ ਤੇਜ਼ ਘੁੰਮ ਰਹੀ ਹੈ ਗਤੀ ਪ੍ਰਦਾਨ ਪਰ ਤੇਰੇ ਨਾਟਕ 'ਚ ਇਸ ਕਿਸਮ ਦੀ ਗਤੀ ਨਹੀਂ ਕਹਿਣ ਲੱਗਾ ਚੈਕੋਪ ਦੇ ਪਾਤਰ ਵਿੱਚ ਉਦਗਾਰ ਦਾ ਬਾਰੂਦ ਭਰਿਆ ਹੋਇਆ ਹੈ ਹਰ ਵਕਤ ਇਹ ਡਰ ਹੁੰਦਾ ਹੈ ਕਿ ਹੁਣ ਵੀ ਪਟਾਕਾ ਪਿਆ ਇਹ ਪਟਾਕਾ ਪੈਂਦਾ ਨਹੀਂ ਪਰ ਉਡੀਕ ਤੇ ਡਰ ਬਣੇ ਰਹਿੰਦੇ ਹਨ ਸੈਮੂਲ ਬੈਕਟ ਦੀ ਝੁਗਤੀ ਉਹ ਸਿਆਣੇ ਵਾਂਗ ਹੈ ਜੋ ਇੱਕ ਬੱਚੇ ਨੂੰ ਖਿਡੌਣਾ ਦੇਣ ਦੀ ਆਸ ਦੇ ਹੀ ਰੱਖਦਾ ਹੈ ਪਰ ਪੂਰੀ ਨਹੀਂ ਕਰਦਾ ਬੈਕਟ ਜਾਣਦਾ ਪੂਰੀ ਨਿਰਾਸ਼ਾ ਦਾ ਸਵਾਦ ਮੈਂ ਨਾ ਦੁਆ ਨਾਟਕਕਾਰਾਂ ਤੋਂ ਵੱਖਰਾ ਮੈਂ ਕਿਹਾ ਜਿਵੇਂ ਖਰਗੋਸ਼ ਕਹੇ ਕਿ ਮੈਂ ਸ਼ੇਰ ਤੇ ਹਾਥੀ ਤੋਂ ਵੱਖਰਾ ਕਹਿਣ ਲੱਗਾ ਮੈਂ ਵਾਕਈ ਇਹ ਨਾਟਕਕਾਰਾਂ ਤੋਂ ਵੱਖਰਾ ਕਿਵੇਂ ਮੈਨੂੰ ਵੇਗ ਦੀ ਸ਼ਕਤੀ ਪੁਰਾਣੇ ਜ਼ਮਾਨੇ ਦੀ ਪ੍ਰਤੀਤ ਹੁੰਦੀ ਹੈ ਤੇ ਮੈਂ ਇਹਨੂੰ ਆਪਣੀ ਰਚਨਾ ਦਾ ਆਧਾਰ ਨਹੀਂ ਬਣਾ ਸਕਦਾ ਮੈਂ ਕਿਹਾ ਕਮਿਨਿਸਟ ਜਵਾਨਾਂ ਦੀ ਸ਼ਕਤੀ ਬਾਰੇ ਕੀ ਖਿਆਲ ਹੈ ਕਹਿਣ ਲੱਗਾ ਇਹ ਮੂਲ ਰੂਪ ਚ ਸੋਚ ਦੀ ਸ਼ਕਤੀ ਹੈ ਮੈਂ ਕਿਹਸੀ ਕਲਾਕਾਰ ਦੀ ਗੱਲ ਕਰਦੇ ਸੀ ਇਸ ਵਿੱਚ ਨਾਟਕੀ ਗਤੀ ਨਹੀਂ ਸਾਰਾ ਨਾਟਕ ਬਵਾਦ ਵਿਵਾਦ ਹੈ ਇੱਕੋ ਥਾਂ ਖੜੋਤਾ ਬਹੁਤ ਇਕ ਛੰਬ ਕਹਿਣ ਲੱਗਾ ਚਲੋ ਇਹੀ ਸਹੀ ਪੰਜਾਬੀ ਪਾਠਕਾਂ ਨੂੰ ਹਲੇ ਅਜੇ ਵਾਦ ਵਿਵਾਦ ਦੀ ਵੀ ਬਹੁਤ ਲੋੜ ਹੈ ਇਸੇ ਕਰਕੇ ਮੇਰੇ ਸਾਰੇ ਨਾਟਕਾਂ ਵਿੱਚੋਂ ਕਲਾਕਾਰ ਉੱਤੇ ਸਭ ਤੋਂ ਵੱਧ ਅਲੋਚਨਾ ਹੋਈ ਮੈਂ ਕਿਹ ਸਿਆਲਾਂ ਦੀ ਨੱਡੀ 'ਚ ਤੂੰ ਝੰਗ ਦੇ ਇਲਾਕੇ ਦੀ ਜ਼ੁਬਾਨ ਵਰਤ ਕੇ ਨਾਟਕ ਦੀ ਅੰਦਰਲੀ ਖੂਬੀ ਨੂੰ ਸੱਟ ਮਾਰੀ ਕਿਨ ਲੱਗਾ ਮੇਰੇ ਖਿਆਲ ਚ ਹੀਰ ਰਾਂਝੇ ਦੀ ਕਹਾਣੀ ਸਾਡੀ ਕੇਂਦਰੀ ਬੋਲੀ ਵਿੱਚ ਨਹੀਂ ਲਿਖੀ ਜਾ ਸਕਦੀ ਜਿਵੇਂ ਇਹ ਉਰਦੂ ਤੇ ਹਿੰਦੀ ਚ ਨਹੀਂ ਲਿਖੀ ਜਾ ਸਕਦੀ ਮੈਂ ਸਿਰਫ ਦਮੋਦਰ ਦੇ ਕਿਸੇ ਨੂੰ ਸਫਲ ਰਚਨਾ ਸਮਝਦਾ ਕਿਉਂ ਉਹ ਚੰਗੀ ਬੋਲੀ ਚ ਹੈ ਭਾਸ਼ਾ ਬਾਰੇ ਤੇਰਾ ਬੜਾ ਸੀਮਤ ਵਿਚਾਰ ਹੈ ਦਾ ਮਤਲਬ ਹੈ ਕਿ ਅਕਬਰ ਜਾਂ ਸ਼ਿਵਾਜੀ ਜਾਂ ਭਗਤ ਕਬੀਰ ਦੀ ਕਹਾਣੀ ਪੰਜਾਬੀ ਚ ਨਹੀਂ ਲਿਖ ਸਕਦੇ ਕਹਿਣ ਲੱਗਾ ਮੈਂ ਧਰਤੀ ਦੇ ਨੇੜੇ ਰਹਿਣ ਵਾਲੇ ਪਾਤਰਾਂ ਦੀ ਗੱਲ ਕਰਦਾ ਜਨਾਂ ਨੂੰ ਆਪਣੀ ਬੋਲੀ 'ਚ ਜਿਉਂਦਾ ਰੱਖਿਆ ਜਾ ਸਕਦਾ ਹੈ ਜਿਵੇਂ ਲੇਡੀ ਗ੍ਰੈਗਰੀ ਦੇ ਤੇ ਸੀਨ ਓਕੇਸੀ ਦੇ ਪਾਤਰ ਮੈਂ ਕਿਹਾ ਠੀਕ ਪਰ ਉਹ ਆਇਰਿਸ਼ ਨਹੀਂ ਬੋਲਦੇ ਨਾਟਕ ਕਰਨੇ ਉਹਨਾਂ ਦੀ ਬੋਲਚਾਲ 'ਚ ਸਿਰਫ ਉਸ ਇਲਾਕੇ ਦੀ ពੁੱਠ ਦਿੱਤੀ ਹੈ ਇਸ ਨਾਲ ਕਾਮ ਮਈ ਵਾਈਉ ਮੰਡਲੂ ਸਾਰੇ ਬਰਨਾਰਡ ਸ਼ਾਹ ਤੇ ਗਾਲਜ਼ ਵਰਦੀ ਦੇ ਪਾਤਰ ਕਾਕਨੀ ਨਹੀਂ ਬੋਲਦੇ ਸੇਖੋ ਕਹਿਣ ਲੱਗਾ ਬਰਨਾਰਡ ਸ਼ਾਹ ਤੇ ਪਿਗਮੇਲੀਅਨ 'ਚ ਕਾਕਨੀ ਵਰਤੀ ਗਈ ਮੈਂ ਕਿਹਾ ਉਸ ਲਈ ਕਿ ਉਸ ਨਾਟਕ ਦਾ ਵਿਸ਼ਾ ਹੀ ਭਾਸ਼ਾ ਤੇ ਉਪਭਾਸ਼ਾ ਸੀ ਉਹ ਇਸ ਰਾਹੀਂ ਸਮਾਜ ਦੀ ਝੂਠੀ ਤੇ ਨਕਲੀ ਸ਼੍ਰੇਣੀ ਵੰਡ ਦਾ ਪਾਜ ਖੋਲਣਾ ਚਾਹੁੰਦਾ ਸੀ ਪਰ ਉਹਦੇ ਬਾਕੀ ਨਾਟਕਾਂ 'ਚ ਟਕਸਾਲੀ ਬੋਲੀ ਹੈ ਜੇ ਕੋਈ ਨਿੱਕਾ ਪਾਤਰ ਹੋਵੇ ਤਾਂ ਸਥਾਨਕ ਰੰਗ ਦਾ ਛਿੱਟਾ ਦੇਣ ਲਈ ਠੀਕ ਹੈ ਪਰ ਸਾਰੇ ਨਾਟਕ ਦੀ ਬੋਲੀ ਚਾਂਗੀ ਜਾਂ ਮੁਲਤਾਨੀ ਜਾਂ ਪੋਠੋਹਾਰੀ ਨਹੀਂ ਚਾਹੀਦੀ ਇਸ ਨਾਲ ਨਾਟਕ ਦਾ ਦੁਖੰਤਕ ਗੌਰਵ ਮਾਰਿਆ ਜਾਂਦਾ ਹੈ ਸੇਖੋਂ ਕਹਿੰਦਾ ਚਲੋ ਇਹਨੂੰ ਮੇਰਾ ਪ੍ਰਯੋਗ ਹੀ ਸਮਝ ਲਓ ਮੈਂ ਕਿਤੇ ਇਤਿਹਾਸਿਕ ਨਾਟਕ ਸਿੱਖ ਰਾਜ ਦੇ ਸਮੇਂ ਨੂੰ ਅੱਜ ਦੇ ਸਮੇਂ ਨਾਲ ਕਿਵੇਂ ਜੋੜਦੇ ਹਾਂ ਸੇਖੋਂ ਕਹਿਣ ਲੱਗਾ ਮੇਰਾ ਮੇਰੇ ਖਿਆਲ ਮੁਤਾਬਕ ਇਤਿਹਾਸਿਕ ਨਾਟਕ ਆਪਣੇ ਸਮੇਂ ਦਾ ਕੇਵਲ ਖੜਾ ਚਿੱਤਰ ਹੀ ਨਹੀਂ ਹੁੰਦਾ ਸਗੋਂ ਸਾਡੇ ਵਰਤਮਾਨ ਦੇ ਪਿਛੋਕੜ ਦਾ ਵੀ ਅਜਿਹਾ ਸ਼ੀਸ਼ਾ ਹੈ ਜਿਸ ਵਿੱਚੋਂ ਸਾਡੇ ਵਰਤਮਾਨ ਤੇ ਭਵਿੱਖ ਦੀ ਰੇਖਾ ਦੀ ਝਲਕ ਦਿਸਣੇ ਚਾਹੀਦੀ ਹੈ ਮੈਂ ਕਿਹਾ ਪਰ ਬੇੜਾ ਬਣ ਨਾ ਸਕਿਓ ਵਿੱਚ ਇਹ ਗੱਲ ਕਿੱਥੋਂ ਤੱਕ ਸਿੱਧ ਹੁੰਦੀ ਹੈ ਕਿਆ ਲੱਗਾ ਮਹਾਰਾਜਾ ਸ਼ੇਰ ਸਿੰਘ ਦੀ ਸਮੱਸਿਆ ਹੈ ਕਿ ਸਿੱਖ ਫੌਜਾਂ ਵਿੱਚ ਉਹ ਆਪਣੇ ਵਿਰੁੱਧ ਬਦਨਾਮੀ ਨੂੰ ਦੂਰ ਕਰੇ ਸਿੱਖ ਫੌਜਾਂ ਵਿੱਚ ਇਸ ਪ੍ਰਕਾਰ ਦੀ ਅਤਵਾਦੀ ਲੋਕ ਰਾਜੀ ਭਾਵਨਾ ਪ੍ਰਚੰਡ ਸੀ ਇਸ ਭਾਵਨਾ ਨੇ ਕੋਈ ਹੋਰ ਆਗੂ ਆਪਣੇ ਵਿੱਚੋਂ ਪੈਦਾ ਨਾ ਕੀਤਾ ਮੈਂ ਕਿਹਾ ਦਰਅਸਲ ਉਹਨਾਂ ਵਿੱਚ ਕੋਈ ਮਹਾਰਾਜਾ ਰਣਜੀਤ ਸਿੰਘ ਨੈਪੋਲੀਅਨ ਜਾਂ ਲੈਨਨ ਸੀ ਹੀ ਨਹੀਂ ਸੇਖੋ ਕਹਿੰਦਾ ਬਸ ਇਹੋ ਸਮੱਸਿਆ ਹੈ ਹੁਣ ਦੀ ਵੀ ਮੈਂ ਕਹਾਂ ਮੈਂ ਇਹਦੀ ਨਾਟਕੀ ਸ਼ਕਤੀ ਬਾਰੇ ਪੁੱਛਣਾ ਚਾਹੁੰਨਾ। ਇਹਦੀ ਵਾਰਤਾ ਲਾਪ ਵਿੱਚ ਤੂੰ ਗੌਰਮਈ ਸ਼ੈਲੀ ਵਰਤੀ ਹੈ ਜੋ ਠੀਕ ਢੰਗ ਹੈ ਪਰ ਸੇਖੋਂ ਕਹਿਣ ਲੱਗਿਆ ਪਰ ਇਹ ਨਾਟਕ ਬਹੁਤ ਪੜਿਆ ਨਹੀਂ ਗਿਆ। ਸਟੇਜ ਕਰਨਾ ਤੱਕ ਹੀ ਰਿਹਾ। ਮੈਂ ਚਾਹੁੰਦਾ ਕਿ ਨੂੰ ਸਟੇਜ ਦੇ ਪੱਖ ਤੋਂ ਪੜ ਵਿਚਾਰ ਕੇ ਕਦੇ ਮੰਚ ਉਤੇ ਲਿਆਵੇ। ਤੇ ਦੂਜਾ ਨਾਟਕ ਤੇਰਾ ਦੂਜਾ ਨਾਟਕ ਮੋਇਆਂ ਸਾਰਨਾ ਕਾਇਦੀ ਸਮੱਸਿਆ ਇਹ ਹੈ ਕਿ ਦਲੀਪ ਸਿੰਘ ਤੇ ਸਿਕ ਸਰਦਾਰ ਇਸ ਗੱਲ ਤੋਂ ਜਾਣੂ ਨਹੀਂ ਕਿ ਉਹਨਾਂ ਨੇ ਕਿੱਡੀ ਵੱਡਮੁੱਲੀ ਵਸਤ ਗੁਵਾਈ ਹੈ। ਇਨੂੰ ਕਿਵੇਂ ਮੋੜ ਪ੍ਰਾਪਤ ਕਰ ਸਕਦੇ ਆ ਇਹੋ ਸਾਡੇ ਵਰਤਮਾਨ ਸਮਾਜ ਦਾ ਦੁਖਾਂਤ ਹੈ ਕੀ ਮਤਲਬ ਸਾਡਾ ਰਾਜਸੀ ਢਾਂਚਾ ਕੀ ਮਤਲਬ ਕਹਿਣ ਲੱਗਾ ਸਾਡੇ ਦੇਸ਼ ਦੇ ਵੱਡੇ ਤੋਂ ਵੱਡੇ ਆਗੂ ਦੀ ਕਲਪਨਾ ਵਿੱਚ ਦੇਸ਼ ਦੀ ਸਹੀ ਵਡਿਆਈ ਸਪਸ਼ਟ ਹੋ ਕੇ ਨਹੀਂ ਆਈ ਹੁਣ ਦੀ ਸਥਿਤੀ ਦਾ ਮੁਕਾਬਲਾ ਸ਼ੇਰ ਸਿੰਘ ਨਾਲ ਵਧੇਰੇ ਹੈ ਜੋ ਉਸ ਵੇਲੇ ਦੀ ਲੋਕ ਰਾਜੀ ਭਾਵਨਾ ਨੂੰ ਨਿਯੰਤਰਿਤ ਨਹੀਂ ਸੀ ਕਰ ਸਕਿਆ ਮੈਨੂੰ ਡਰ ਹੈ ਕਿ ਸਾਡੇ ਵਰਤਮਾਨ ਰਾਜਸੀ ਆਗੂ ਇਹ ਸਾਡੇ ਦੇਸ਼ 'ਚ ਪ੍ਰਚੰਡ ਹੋਈ ਸਮਾਜਵਾਦੀ ਭਾਵਨਾ ਦੇ ਹਾਣੀ ਸਿੱਧ ਨਾ ਹੋਏ ਤਾਂ ਇਹ ਤੋਂ ਕੋਈ ਵੱਡਾ ਦੁਖਾਂਤ ਉਤਪਨ ਹੋ ਸਕਦਾ ਹੈ। ਸ਼ੇਰ ਸਿੰਘ ਇੱਕ ਸ਼ੀਂ ਉੱਤੇ ਸਵਾਰ ਸੀ ਤੇ ਅੱਜ ਦੇ ਆਗੂਆਂ ਦੀ ਵੀ ਇਹੋ ਸਥਿਤੀ ਹੈ। ਸ਼ੇਹ ਨੂੰ ਨੱਥਣਾ ਬੜਾ ਔਖਾ ਤੇ ਚਤਰਾਈ ਦਾ ਕੰਮ ਹੈ। ਤੇ ਤੂੰ ਲੋਕਰਾਜ ਦੀ ਸ਼ੀਂ ਸਮਝਦਾ ਹੈ? ਹਾਂ। ਭੂਪਵਾਦੀ ਤੇ ਪੂੰਜੀਵਾਦੀ ਆਗੂਆਂ ਲਈ ਲੋਕਰਾਜ ਸਤਮੁੱਚ ਇੱਕ ਸ਼ੀਂ ਹੁੰਦਾ ਹੈ। ਮੈਂ ਕਿਹਾ ਤੇ ਅਸੀਂ ਫੇਰ ਇਹਨਾਂ ਨਾਟਕਾਂ ਦੇ ਵਿਸ਼ੇ 'ਚ ਉਲਝ ਗਏ। ਮੈਂ ਜਾਣਦਾ ਕਿ ਇਹਨਾਂ ਨੂੰ ਮੰਚ ਦੇ ਪੱਖੋਂ ਤੇ ਨਾਟਕੀ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਏ। ਕਹਿਣ ਲੱਗਾ ਉਹਨਾਂ ਨੂੰ ਜੇ ਮੰਚ ਤੇ ਲਿਆਂਦਾ ਜਾਏ ਤਾਂ ਹੀ ਅਸੀਂ ਇਹ ਗੱਲ ਪਰਖ ਸਕਦੇ ਹਾਂ ਤੇ ਮੈਂ ਇਹਨਾਂ ਵਿੱਚ ਕੋਈ ਤਬਦੀਲੀ ਕਰ ਸਕਦਾ। ਇਹਦੇ ਬਿਗਾਰ ਸ਼ਾਇਦ ਨਹੀਂ। ਮੈਂ ਕਿਹਾ ਕਿ ਤੇਰੇ ਕੁਝ ਪਾਤਰ ਸ਼ਕਲਾਂ ਬਦਲ ਕੇ ਮੁਰਮੜ ਆਉਂਦੇ ਐ। ਮੇਰੀਆਂ ਕਹਾਣੀਆਂ 'ਚ ਤਾਂ ਪਾਤਰ ਨਵਾਂ ਰੂਪ ਧਾਰ ਕੇ ਆ ਜਾਂਦੇ ਆ ਪਰ ਨਾਟਕਾਂ 'ਚ ਮੈਨੂੰ ਦਿਸਦਾ ਇਹ ਗੱਲ ਨਹੀਂ। ਮੈਂ ਕਿਹਾ ਤੇਰੀਆਂ ਤੀਵੀਆਂ ਕਿਹੋ ਜੀਆਂ? ਆਖਿਆ ਜਾਂਦਾ ਕਿ ਮੈਂ ਇਸਤਰੀ ਪਾਤਰਾਂ ਨੂੰ ਆਦਰਸ਼ਕ ਬਣਾ ਦੇਣਾ। ਪਰੇ ਗਲਤ ਹੈ ਮੇਰੀਆਂ ਇਸਤਰੀਆਂ ਅਹਲਿਆ ਦਮਯੰਤੀ ਭਾਗ ਭਰੀ ਹੀਰ ਤੇ ਰਾਣੀ ਜਿੰਦਾ ਸਭ ਵੱਖ-ਵੱਖ ਵਿਅਕਤੀ ਹਨ ਆਦਰਸ਼ਕ ਨਹੀਂ ਮੈਂ ਸੁਚੇਤ ਤੌਰ ਤੇ ਆਪਣੇ ਨਾਟਕਾਂ ਚ ਰਵਾਇਤੀ ਰੋਮਾਂਸ ਬਾਦ ਦਾ ਵਿਰੋਧ ਕੀਤਾ ਹੈ ਮੇਰੀ ਹੀਰ ਸਧਾਰਨ ਜੱਟਾਂ ਦੀ ਕੁੜੀ ਹੈ ਮੈਂ ਉਹਦੇ ਹੁਸਨ ਦੇ ਗੀਤ ਨਹੀਂ ਗਾਏ ਮੈਂ ਫੈਸਲਾ ਇਹ ਕਰਵਾਇਆ ਕਿ ਰਾਂਝੇ ਦੇ ਜੁੱਤੀਆਂ ਮਾਰੋ ਤੇ ਕੁੜੀ ਨੂੰ ਫੜ ਕੇ ਘਰ ਲੈ ਜਾਓ ਨਵੇਂ ਸਾਡੀਆਂ ਅਦਾਲਤਾਂ ਹੁਣ ਠੀਕ ਕਰਦੀਆਂ ਪਰ ਤੇਰਾ ਫੈਸਲਾ ਬੜਾ ਭੂਪੂਵਾਦੀ ਹੈ ਹੱਸਦਾ ਹੈ ਕਿਉਂਕਿ ਸਾਡਾ ਸਮਾਜ ਹਾਲੇ ਤੱਕ ਭੂਪਵਾਦੀ ਹੈ ਮੈਂ ਕਿਹਾ ਪਰ ਤੂੰ ਤੂੰ ਦਸੇਹ ਦੇਣ ਦਾ ਦਾਵਾ ਕਰਦਾ ਬਟ ਟੋਲਟ ਬ੍ਰੈਂਟ ਆਪਣੇ ਨਾਟਕਾਂ 'ਚ ਉਲਟੇ ਫੈਸਲੇ ਦਿੰਦਾ ਹੈ ਉਹਦਾ ਇੱਕ ਨਾਟਕ ਕਾਕੇਸ਼ੀਆ ਦਾ ਨਿਆ ਚੱਕਰ 13ਵੀਂ 14ਵੀਂ ਸਦੀ ਦੇ ਕਾਕੇਸ਼ੀਆ ਨੂੰ ਚਿੱਤਰਦਾ ਹੈ ਰਾਜਮੈਲ ਗਵਰਨਰ ਗਿਰਜਾ ਝੂਠੇ ਹਕੀਮ ਵਕੀਲ ਤੇ ਜੱਜ ਪਰ ਜਦੋਂ ਅਸਲੀ ਮਾਂ ਤੇ ਨਕਲੀ ਮਾਂ ਦਾ ਮੁਕਾਬਲਾ ਪੇਸ਼ ਹੁੰਦਾ ਤਾਂ ਬ੍ਰੈਸਟ ਫੈਸਲਾ ਦਿੰਦਾ ਹੈ ਰਵਾਇਤ ਦੇ ਉਲਟ ਸੇਖੋਂ ਕਹਿਣ ਲੱਗਾ ਸਾਡੀ ਪੂਪਵਾਦੀ ਰਵਾਇਤ ਯਥਾਰਥ ਦੇ ਵਿਰੁੱਧ ਹੈ ਸਾਡੇ ਕਿੱਸਾਕਾਰਾਂ ਨੇ ਰਾਜੇ ਨੂੰ ਹੀਰ ਨਾਲ ਤੋੜਿਆ ਜਦਕਿ ਯਥਾਰਥ ਵਿੱਚ ਇਹ ਨਹੀਂ ਸੀ ਹੁੰਦਾ ਮੈਂ ਇਸ ਰਵਾਇਤ ਨੂੰ ਤੋੜ ਕੇ ਉਸ ਸਮੇ ਦਾ ਯਥਾਰਥ ਪੇਸ਼ ਕੀਤਾ ਹੈ ਤੈਨੂੰ ਆਪਣਾ ਕਿਹੜਾ ਨਾਟਕ ਚੰਗਾ ਲੱਗਦਾ ਸੇਖੋਂ ਕਹਿਣ ਲੱਗਾ ਮੈਂ ਨਾਟਕ ਲਿਖੇ ਢੇਰ ਹੈ ਪਰ ਉਹਨਾਂ ਉੱਤੇ ਮਿਹਨਤ ਬਹੁਤ ਥੋੜੀ ਕੀਤੀ ਹੈ ਮੈਂ ਬਹੁਤ ਸੋਸਤਾ ਜਿੰਨੀ ਪ੍ਰਤਿਭਾ ਮੇਰੇ ਵਿੱਚ ਸੀ ਮੈਂ ਉਹ ਤੋਂ ਕੰਮ ਨਹੀਂ ਲਿਆ ਅਸੀਂ ਪਛਮੀ ਸਾਹਿਤਕਾਰਾਂ ਵਾਂਗ ਮਿਹਨਤ ਨਹੀਂ ਕਰਦੇ ਨਾ ਹੀ ਉਸ ਨਿਧੜਕਤਾ ਨਾਲ ਲਿਖਦੇ ਹਾਂ ਕਿਉਂ ਸਾਡੇ ਮਨ 'ਚ ਸਮਾਜ ਪ੍ਰਤੀ ਪੂਰੀ ਸਹਿਰਦਤਾ ਨਹੀਂ ਕਿਉਂ ਕਹਿਣ ਲੱਗਾ ਇਤਿਹਾਸਕ ਕਾਰਨ ਹੈ ਯੂਰਪ 'ਚ ਸਾਹਿਤਕਾਰ ਜੋ ਆਤਮ ਬਲੀ ਦਿੰਦਾ ਹੈ ਅਸੀਂ ਉਹ ਤੋਂ ਕਤਰਉਂਦੇ ਹਾਂ ਰਾਜਸੀ ਖੇਤਰ 'ਚ ਅਸੀਂ ਕੁਰਬਾਨੀ ਦੇ ਸਕਦੇ ਹਾਂ ਸ਼ਹੀਦਾਂ ਦੀ ਮਰਿਆਦਾ ਹੈ ਪਰ ਸਾਹਿਤ 'ਚ ਨਹੀਂ ਸਾਡੇ ਲੇਖਕ ਸਮਝਦੇ ਆ ਕਿ ਮਿਹਨਤ ਕਰਕੇ ਕੋਈ ਚੀਜ਼ ਰਚੀ ਜਾਏ ਤਾਂ ਉਹ ਘਟਿਆ ਹੁੰਦੀ ਹੈ ਪਰ ਖਾਣ ਤੋਂ ਕੁਰਸੀ ਖਰੀਦੋ ਉਹ ਆਖੇਗਾ ਮਹਾਰਾਜ ਪੰਜ ਦਿਨ ਸਖਤ ਮਿਹਨਤ ਕੀਤੀ ਤੁਹਾਡੇ ਰੁਪਏ ਤਾਂ ਦਿਹਾੜੀਆਂ ਦਾ ਮੁੱਲ ਵੀ ਨਹੀਂ ਪਰ ਸ਼ਾਇਰ ਤੇ ਖੂਬਸੂਰਤ ਔਰਤ ਆਪਣੀ ਮਿਹਨਤ ਨੂੰ ਛੁਪਾਉਂਦੇ ਹਾ ਸ਼ਾਇਰ ਆਖੇਗਾ ਬਸ ਜੀ ਮੂਡ ਆਇਆ ਅੱਖਾਂ ਮੀਟ ਕੇ ਕਵਿਤਾ ਲਿਖਤੀ ਭਾਵੇਂ ਉਹਨੇ ਉਸ ਉਤੇ 10 ਦਿਨ ਖਰਚ ਕੀਤੇ ਹੋਣ ਉਹਨੂੰ ਮਿਹਨਤ ਤੋਂ ਸ਼ਰਮ ਆਉਂਦੀ ਹੈ ਇਸੇ ਤਰ੍ਹਾਂ ਔਰਤ ਨੇ ਭਾਵੇਂ ਸ਼ਿੰਗਾਰ ਕਰਨ ਲੱਗਿਆ 2 ਘੰਟੇ ਲਾਏ ਹੋੜ ਆਖੇ ਕੀ ਬਸ ਆਉਂਦੀ ਆਉਂਦੀ ਨੇ ਰਤਕ ਪਾਊਡਰ ਲਾਇਆ ਸੀ ਮੈਂ ਸੁਣਿਆ ਤੂੰ ਰਿਟਾਇਰ ਹੋ ਰਿਹਾ ਹੈ ਮੈਂ ਰਿਟਾਇਰ ਹੋ ਵੀ ਗਿਆ ਕੀ ਕਰਾਂਗਾ ਇੱਕ ਮੁਰਗੀ ਖਾਨਾ ਇੱਕ ਸੂਰਾਂ ਦਾ ਵਾੜਾ ਤੇ ਮੂੰਗਫਲੀ ਦਾ ਵੇਲਣਾ ਨਾਲੇ ਖੇਤੀ ਕਰਾਂਗਾ ਅੰਗੂਰਾਂ ਦਾ ਬਾਗ ਲਾਵਾਂਗਾ ਤੇ ਘਰ ਦੀ ਸ਼ਰਾਬ ਕੱਢਾਂਗਾ ਇਹ ਤੇ ਕਾਨੂੰਨ ਦੇ ਖਿਲਾਫ ਹੈ ਜੇ ਕਿਸੇ ਕੋਲ ਬਾਗ ਹੋਵੇ ਤਾਂ ਉਹ ਘਰ ਅੰਗੂਰਾਂ ਦੀ ਸ਼ਰਾਬ ਕਿਉਂ ਨਾ ਕੱਢੇ ਕੋਈ ਮਹਿਬੂਬਾ ਰੱਖੇਗਾ ਨਹੀਂ ਨਾ ਸ਼ਕਤੀ ਹੈ ਨਾ ਇੱਛਾ ਮੇਰਾ ਆਖਰੀ ਇਸ਼ਕ 1962 ਵਿੱਚ ਸੀ ਜਦੋਂ ਚੀਨੀਆਂ ਨੇ ਹਮਲਾ ਕੀਤਾ ਇਸ਼ਕ ਕਾਲਿਕਾ ਹੈ ਥੋੜਾ ਜਿਹਾ ਰਹਿਣ ਵਾਲੀ ਗੱਲ ਰਾਜਨੀਤੀ ਮਹਾਕਾਲ ਚਿਰ ਤੱਕ ਰਹਿਣ ਵਾਲੀ ਗੱਲ ਇਸ ਕੋ ਡਰਾਇੰਗ ਰੂਮ ਦੀ ਗੱਲ ਹੈ ਬਲਕਿ ਬੈੱਡਰੂਮ ਦੀ ਰਾਜਨੀਤੀ ਜੰਗ ਦੇ ਖੇਤਰ ਦੀ ਗੱਲ ਹੈ ਰਣ ਭੂਮੀ ਦੀ ਸੇਖੋਂ ਫਿਰ ਪੰਜਾਬ ਦੇ ਰਾਜਨੀਤਿਕ ਭੂਮਿਕਾਰੇ ਗੱਲਾਂ ਕਰਨ ਲੱਗਾ ਉਹਦੀ ਗੱਲਬਾਤ ਵਿੱਚ ਆਤਮਕ ਪੀੜ ਤੇ ਗੁੱਸਾ ਸੀ ਕਹਿਣ ਲੱਗਾ ਸਿੱਖਾਂ 'ਚ ਰਾਜ ਕਰਨ ਦੀ ਭਾਵਨਾ ਮਰ ਗਈ ਹੈ ਕੀ ਮਤਲਬ ਤੁਰਕਾਂ ਦੇ ਮੁਗਲਾਂ 'ਚ ਰਾਜ ਕਰਨ ਦੀ ਹਵਸ ਸੀ ਪਰ ਹਿੰਦੁਸਤਾਨ ਦੀ ਆਬੂ ਹਵਸ ਹੈ ਹੀ ਨਹੀਂ ਇਥੇ ਰਾਜ ਕਰਾਉਣ ਦੀ ਹਵਸ ਹੈ ਸਿੱਖਾਂ ਚ ਰਾਜ ਕਰਨ ਦੀ ਹਵਸ ਥੋੜਾ ਜਿ ਰੁੱਬਰ ਕੇ ਆਈ ਸੀ ਫਿਰ ਖਤਮ ਹੋ ਗਈ ਜਿਵੇਂ ਫੂਸ ਦੀ ਅੱਗ ਹੋਵੇ ਅੰਗਰੇਜ਼ਾਂ ਨੇ ਅਫਗਾਨਾਂ ਨੂੰ 1840 ਚ ਜਿੱਤਿਆ ਪਰ ਉਹਨਾਂ ਨੇ 5-6 ਸਾਲਾਂ ਚ ਹੀ ਅੰਗਰੇਜ਼ਾਂ ਨੂੰ ਲਾਹ ਸੋਟਿਆ ਸਿੱਖਾਂ ਨੂੰ ਅੰਗਰੇਜ਼ਾਂ ਨੇ 1848 ਚ ਜਿੱਤਿਆ ਉਹਨਾਂ ਨੇ ਸਫਾ ਬਜਾਤੀਆਂ ਕਦੇ ਫੇਰ ਸਿੱਖ ਰਾਜ ਹੋਏਗਾ ਸ਼ਾਇਦ ਕਦੇ ਨਹੀਂ ਕਿਉਂ ਇਹ ਤਾਂ ਦਾਰੂਮਦਾਰ ਅੰਤਰਰਾਸ਼ਟਰੀ ਸਥਿਤੀ ਉੱਤੇ ਹੈ ਜੋ ਜੰਗ ਹੁੰਦੀਆਂ ਨੇ ਤੇ ਨਕਸ਼ੇ ਬਦਲਦੇ ਨੇ ਅੱਜ ਦੀ ਹਾਲਤ ਵਿੱਚ ਕੋਈ ਨਿੱਕਾ ਧੜਾ ਜਾਂ ਨਿੱਕੀ ਕੌਮ ਕਿਸੇ ਮੁਲਕ ਤੋਂ ਲੜ ਕੇ ਵੱਖ ਨਹੀਂ ਹੋ ਸਕਦੀ ਬੰਗਲਾਦੇਸ਼ ਦਾ ਹਾਲ ਹੀ ਦੇਖ ਲਓ ਤੇ ਜੇ ਫਿਰ ਅੰਤਰਰਾਸ਼ਟਰੀ ਸੰਤੁਲਨ ਨੂੰ ਹਿਲਾ ਸਕੇ ਤਾਂ ਹੀ ਕਿਸੇ ਨਵੀਂ ਆਜ਼ਾਦ ਹਕੂਮਤ ਦੀ ਸੰਭਾਵਨਾ ਹੈ ਚੀਨ ਬੰਗਲਾਦੇਸ਼ ਦੀ ਮਦਦ ਕਿਉਂ ਨਹੀਂ ਕਰਦਾ ਚੀਨ ਨੇ ਠੇਕਾ ਲਿਆ ਦੁਸ਼ਮਣੀਆਂ ਮੁੱਲ ਲੈਣ ਦਾ ਤੇ ਚੀਨ ਦੀ ਮਦਦ ਕਿਹਨੇ ਕੀਤੀ ਸੀ ਉਹ ਭੁੱਖਣ ਭਾਣੇ ਲੜੇ ਤੇ ਜਿੱਤ ਗਏ ਧਨਾੜ ਦੇਸ਼ਾਂ ਨੇ 20 ਸਾਲ ਉਹਦਾ ਹੁੱਕਾ ਪਾਣੀ ਬੰਦ ਕਰੀ ਰੱਖਿਆ ਉਹਨੂੰ ਚੋਰ ਲੁਟੇਰਾ ਡਾਕੂ ਆਖਿਆ ਹੁਣ ਅਮਰੀਕਾ ਵੀ ਉਹਦੇ ਨਾਲ ਦੋਸਤੀ ਪਾਉਣੀ ਚਾਹੁੰਦਾ ਹੈ ਸਿਆਸੀ ਗਾਲ ਗਾਲਾਂ ਛਾਟੀ ਪ੍ਰਸ਼ੰਸਾ ਪ੍ਰਸ਼ੰਸਾ ਵਿੱਚ ਬਦਲ ਜਾਂਦੀਆਂ ਤੂੰ ਆਸ਼ਾਵਾਦੀ ਤੋਂ ਨਿਰਾਸ਼ਾਵਾਦੀ ਕਦੋਂ ਬਣ ਗਿਆ ਪੰਜਾਬ 'ਚ ਅਕਾਲੀ ਹਕੂਮਤ ਆਈ ਉਹਨੇ ਰਾਜ ਕੀਤਾ ਪੰਜਾਬ 'ਚ ਉਹਨਾ ਵਜਾਰਤ ਕੀਤੀ ਰਾਜ ਨਹੀਂ ਕੀਤਾ ਸਿੱਖੋਂ ਦੀਆਂ ਗੱਲਾਂ ਲੋਰੀ ਵਾਂਗ ਨਹੀਂ ਸਨ ਸਗੋਂ ਝੰਡੋੜ ਕੇ ਜਗਾ ਦੇਣ ਵਾਲੀ